ਉਹਨਾਂ ਲੋਕਾਂ ਤੋਂ ਪੁੱਛੋ ਯਾਰ ਜਿਨ੍ਹਾਂ ਦੇ ਮਰੀਜ਼ ਪਏ ਨੇ ਹੋਸਪਿਟਲ ਦੇ ਵਿੱਚ, ਜਾਂ ਜਿਨ੍ਹਾਂ ਦੇ ਮਰੇ ਨੇ ਇਟਲੀ ਦੇ ਵਿੱਚ, ਚਾਈਨਾ ਦੇ ਵਿੱਚ, ਜਾਂ ਇੰਗਲੈਂਡ ਦੇ ਵਿੱਚ, ਉਹ ਸਾਡੇ ਪੰਜਾਬੀ ਵੀ ਮਰੇ ਨੇ ਅਮੈਰੀਕਾ ਦੇ ਵਿੱਚ, ਹੈ ਨਾ ਕਿ ਪਟਾਕੇ ਚਲਾਉਣੇ ਆ, ਕਿਹੜੀ ਖੁਸ਼ੀ 'ਚ ਪਟਾਕੇ ਚਲਾਇਆ, ਕੀ ਅਸੀਂ ਕੀ ਇੰਡੀਆ ਨੇ, ਮੈਨੂੰ ਇਹ ਦੱਸੋ ਕਿ ਕੋਈ ਮੈਡੀਸਨ ਲੱਭ ਲਈ? ਕੱਲ੍ਹ ਹੁਣ ਕਰੋਨਾ ਖਤਮ ਹੋ ਗਿਆ ਕਿਉਂਕਿ ਤੁਸੀਂ ਪਟਾਕੇ ਚਲਾ ਲਏ, ਮੋਮਬੱਤੀਆਂ ਅੱਜ ਅਸੀਂ ਬਾਲੀਆਂ ਨੇ, ਤਾਂ ਮੈਨੂੰ ਲੱਗਦਾ ਕਿ ਕਰੋਨਾ ਖਤਮ ਹੋ ਗਿਆ, ਅਸੀਂ ਜੰਗ ਜਿੱਤ ਲਈ ਬਹੁਤ ਵੱਡੀ। ਫਿਰ ਜਾ ਕੇ ਨਾ ਜਿੰਨੇ ਪੇਸ਼ੈਂਟ ਹੈਗੇ ਨੇ, ਜਾ ਕੇ ਉਹਨੂੰ ਜੱਫੀਆਂ ਪਾਓ ਜਿਹੜੇ ਪਏ ਨੇ ਹੋਸਪਿਟਲ। ਅਤੇ ਲਾਈਵ ਹੋਣ ਦਾ ਮਕਸਦ ਇਹ ਹੈ ਜੀ ਕਿ ਅੱਜ ਜਿਹੜੀ ਮੂਰਖਤਾ ਕੀਤੀ ਹੈ ਸਾਡੇ ਲੋਕਾਂ ਨੇ, ਜੋ ਆਪਣੇ ਜਾਹਿਲ ਹੋਣ ਦਾ ਸਬੂਤ ਦਿੱਤਾ ਹੈ ਪਟਾਕੇ ਚਲਾ ਕੇ, ਸੋ ਚੀਜ਼ ਨੇ ਬਹੁਤ ਦੁਖੀ ਕੀਤਾ ਮਨ। ਸੋ ਦਿਲ ਕੀਤਾ ਕਿ ਗੱਲਾਂ ਕਰੀਏ, ਹੈ ਨਾ, ਲਾਈਵ ਹੋਈਏ। ਲੋਕ ਕੈਪਸ਼ਨ ਪਾ ਰਹੇ ਨੇ ਆਪਣੇ ਆਪਣੇ ਸੋਸ਼ਲ ਸਾਈਟਸ ਦੇ ਉੱਤੇ, ਫੇਸਬੁੱਕ ਦੇ ਉੱਤੇ। ਸੋ ਅੱਜ ਪਤਾ ਲੱਗਿਆ ਕਿ ਸਾਡੇ 'ਚ ਪਹਿਲਾਂ ਕਹਿੰਦੇ ਹੁੰਦੇ ਸੀ, ਬਟ ਅੱਜ ਤਾਂ ਅਸੀਂ ਸਾਬਤ ਕਰਤਾ ਕਿ ਅਸੀਂ ਕਿੰਨੇ ਕੁ ਜਾਹਿਲ ਲੋਕ ਸਾਡੇ 'ਚ ਹੈਗੇ ਨੇ, ਹੈ ਨਾ। ਮੋਮਬੱਤੀਆਂ ਲਾਈਆਂ, ਚਲੋ ਮੋਮਬੱਤੀਆਂ ਤੱਕ ਠੀਕ ਸੀਗਾ, ਪਟਾਕੇ ਚਲਾਏ ਕਿਸ ਖੁਸ਼ੀ ਚਲਾਏ? ਇਹਨਾਂ ਤੋਂ ਪੁੱਛਿਆ ਜਾਵੇ, ਇਹਨਾਂ ਨੇ ਪਟਾਕੇ ਚਲਾਏ ਵੀ ਤੁਹਾਡੀ ਭੂਆ ਦਾ ਵਿਆਹ ਸੀਗਾ, ਪਟਾਕੇ ਚਲਾਏ? ਮੈਂ ਹੁਣ ਇਹ ਸੋਰੀ ਇਹ ਲੈਂਗੁਏਜ ਹੋ ਰਹੀ ਹੈ, ਨਿਕਲ ਰਹੀ ਹੈ, ਤੁਸੀਂ ਉਹਨਾਂ ਲੋਕਾਂ ਤੋਂ ਪੁੱਛੋ ਯਾਰ ਜਿਨ੍ਹਾਂ ਦੇ ਮਰੀਜ਼ ਪਏ ਨੇ ਹੋਸਪਿਟਲ ਦੇ ਵਿੱਚ, ਜਾਂ ਜਿਨ੍ਹਾਂ ਦੇ ਮਰੇ ਨੇ ਇਟਲੀ ਦੇ ਵਿੱਚ, ਚਾਈਨਾ ਦੇ ਵਿੱਚ, ਜਾਂ ਇੰਗਲੈਂਡ ਦੇ ਵਿੱਚ, ਉਹ ਸਾਡੇ ਪੰਜਾਬੀ ਵੀ ਮਰੇ ਨੇ ਅਮੈਰੀਕਾ ਦੇ ਵਿੱਚ, ਹੈ ਨਾ। ਸੋ ਇਹ ਕਿਹੜੀ ਖੁਸ਼ੀ ਵਾਲੀ ਗੱਲ ਹੈ ਵੀ ਜਿਹੜੇ ਤੁਸੀਂ ਪਟਾਕੇ ਚਲਾ ਕੇ ਇਸ ਚੀਜ਼ ਦਾ ਸਬੂਤ ਦੇ ਰਹੇ ਹੋ, ਹੈ ਨਾ, ਕਿੱਡਾ ਕੁ ਤੀਰ ਮਾਰ ਲਿਆ। ਇਹ ਸਾਰੀ ਨੈਗੇਟਿਵਿਟੀ ਦੇ ਵਿੱਚ ਇੱਕ ਚੀਜ਼ ਵਧੀਆ ਹੋ ਰਹੀ ਸੀ ਕਿ ਇਨਵਾਇਰਮੈਂਟ ਸਾਡਾ ਸਹੀ ਹੋ ਰਿਹਾ ਸੀਗਾ, ਹੈ ਨਾ, ਪੋਲਿਊਸ਼ਨ ਘੱਟ ਰਿਹਾ ਸੀਗਾ। ਚੱਕ ਤੇ ਫੱਟੇ ਅੱਜ, ਫਿਰ ਦਿਖਾ ਤਾ ਅਸੀਂ, ਹੈ ਨਾ, ਕਿ ਪਟਾਕੇ ਚਲਾਉਣੇ ਆ ਜੀ। ਕਿਹੜੀ ਖੁਸ਼ੀ 'ਚ ਪਟਾਕੇ ਚਲਾਇਆ, ਕੀ ਅਸੀਂ ਕੀ ਇੰਡੀਆ ਨੇ, ਮੈਨੂੰ ਇਹ ਦੱਸੋ ਕਿ ਕੋਈ ਮੈਡੀਸਨ ਲੱਭ ਲਈ? ਇੰਡੀਆ ਨੇ ਮੈਡੀਸਨ ਲੱਭ ਲਈ ਕਰੋਨਾ ਦੀ, ਜਿਹੜਾ ਠੀਕ ਹੋ ਗਿਆ ਉਸ ਖੁਸ਼ੀ ਅਸੀਂ ਪਟਾਕੇ ਚਲਾਏ ਕਿ ਅਸੀਂ ਬਹੁਤ ਵੱਡਾ ਮਾਰਕਾ ਮਾਰ ਲਿਆ, ਹੈ ਨਾ। ਅਤੇ ਕਿਸ ਖੁਸ਼ੀ 'ਚ ਚਲਾਏ ਪਟਾਕੇ? ਬਹੁਤ 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 ਦਿਲ ਦੁਖੀ ਹੋਇਆ ਸੀਰੀਅਸਲੀ ਦੇਖ ਕੇ, ਕਿ ਸਾਡੇ ਇੰਨੇ ਮੂਰਖ ਨੇ ਕਿ ਲੋਕਾਂ ਨੇ ਫੱਟੇ ਚੱਕਤੇ ਜੀ, ਬਸ ਖੁੱਲ੍ਹ ਮਿਲ ਗਈ, ਲਓ ਜੀ ਅਸੀਂ ਕਰੋਨਾ 'ਤੇ। ਹੁਣ ਜਾਂ ਤਾਂ ਫਿਰ ਇੱਕ ਕੰਮ ਕਰਿਓ, ਇਹ ਕਹੂੰਗਾ ਤੁਹਾਨੂੰ ਮੈਂ ਸਾਰਿਆਂ ਨੂੰ ਜਿਨ੍ਹਾਂ ਨੇ ਪਟਾਕੇ ਚਲਾਏ ਨੇ, ਵੀ ਕੱਲ੍ਹ ਹੁਣ ਕਰੋਨਾ ਖਤਮ ਹੋ ਗਿਆ ਕਿਉਂਕਿ ਤੁਸੀਂ ਪਟਾਕੇ ਚਲਾ ਲਏ, ਮੋਮਬੱਤੀਆਂ ਅੱਜ ਅਸੀਂ ਬਾਲੀਆਂ ਨੇ, ਤਾਂ ਮੈਨੂੰ ਲੱਗਦਾ ਕਿ ਕਰੋਨਾ ਖਤਮ ਹੋ ਗਿਆ, ਹੈ ਨਾ, ਅਸੀਂ ਜੰਗ ਜਿੱਤ ਲਈ ਬਹੁਤ ਵੱਡੀ। ਫਿਰ ਜਾ ਕੇ ਨਾ ਜਿੰਨੇ ਪੇਸ਼ੈਂਟ ਹੈਗੇ ਨੇ, ਜਾ ਕੇ ਉਹਨੂੰ ਜੱਫੀਆਂ ਪਾਓ ਜਿਹੜੇ ਪਏ ਨੇ ਹੋਸਪਿਟਲ ਦੇ ਵਿੱਚ, ਫਿਰ ਤੁਹਾਨੂੰ ਪਤਾ ਲੱਗੇ। ਇਹ ਦਰਦ ਜਿਨ੍ਹਾਂ ਦੇ ਹੈਗਾ ਨਾ, ਇਹ ਵਾਇਰਸ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਖੋਏ ਨੇ, ਉਹਨਾਂ ਤੋਂ ਪੁੱਛੋ, ਉਹ ਮੂਰਖ ਹੋ, ਜੇ ਕਰਨਾ ਹੀ ਸੀ ਨਾ ਤਾਂ ਮੌਨ ਰੱਖ ਦੇ ਉਹਨਾਂ ਲਈ। ਅਤੇ ਤੁਸੀਂ ਬਾਕੀ ਇਹੀ ਬੋਲ ਸਕਦਾ ਮੈਂ ਕਿ ਜਿਹੜਾ ਸਾਡੇ ਉੱਪਰ ਹੁਕਮਰਾਨ ਨੇ, ਸਾਡੇ ਰਾਜਾ ਸਾਹਿਬ ਨੇ ਮੇਨ, ਉਹ ਤਾਂ ਇਹੋ ਜਿਹੀ ਗੱਲ ਕਰ ਜਾਂਦੇ ਆ, ਪਰ ਸਾਡੇ ਮੰਨਣ ਵਾਲੇ ਦੇਖੋ ਕਿੰਨੇ ਨੇ। ਸੋ ਦਿਲ ਦੁਖੀ ਹੋਇਆ, ਇਸ ਕਰਕੇ ਦਿਲ ਕੀਤਾ ਕਿ ਤੁਹਾਡੇ ਨਾਲ ਮੈਂ ਇਹ ਗੱਲ ਸਾਂਝੀ ਕਰਾਂ। ਮੈਨੂੰ ਖੁਦ ਨੂੰ ਲੱਗਿਆ ਕਿ ਯਾਰ ਦਿਵਾਲੀ ਸੀ, ਕੋਈ ਵਿਆਹ ਸੀਗਾ, ਕਿਸ ਖੁਸ਼ੀ 'ਚ ਪਟਾਕੇ ਚਲਾਏ ਤੁਸੀਂ? ਬਾਰ ਬਾਰ ਉਹੀ ਉਹੀ ਗੱਲ ਕਹੂੰਗਾ ਮੈਂ। ਸੋ ਮੇਰੇ ਜਿਹੜੀ ਜਿਨ੍ਹਾਂ ਨੂੰ ਮੇਰੀ ਗੱਲ ਸਹੀ ਲੱਗੇ ਨਾ, ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਮੂਰਖਾਂ ਤੱਕ ਇਹ ਪਹੁੰਚੇ। ਜੇ ਅਸੀਂ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਸੁਣਾਵਾਂਗੇ, ਚੁੱਪ ਕਰਕੇ ਬੈਠ ਜਾਂਗੇ ਤਾਂ ਮੂਰਖ ਮੂਰਖ ਹੀ ਬਣੇ ਰਹਿਣਗੇ। ਸ਼ਾਇਦ ਥੋੜ੍ਹੇ ਬਹੁਤੇ ਨੂੰ ਅਕਲ ਆ ਜਾਵੇ ਸੁਣ ਕੇ, ਥੋੜ੍ਹੇ ਬਹੁਤਿਆਂ ਦਾ ਦਿਮਾਗ ਸਹੀ ਟਿਕਾਣੇ ਦੇ ਉੱਤੇ ਆ ਜਾਵੇ, ਹੈ ਨਾ। ਮੈਂ ਦੇਖ ਰਿਹਾ ਸੀਗਾ ਛੱਤ 'ਤੇ ਖੜ ਕੇ ਪਟਾਕੇ ਚੱਲ ਰਹੇ ਨੇ ਯਾਰ, ਮੈਂ ਕਿਹਾ ਕਮਾਲ ਹੈ, ਹੈ ਨਾ। ਇਹ ਤਾਂ ਇਹ ਹੋ ਗਿਆ ਕਿ ਸਾਡੇ ਇੰਡੀਆ ਨੇ ਅੱਜ ਮੈਡੀਸਨ ਲੱਭ ਲਈ ਜੀ ਕਰੋਨਾ ਦੀ, ਅਸੀਂ ਕਰੋਨਾ ਖਤਮ ਕਰ ਦੇਣਾ, ਜੰਗ ਜਿੱਤੀ ਹੈ ਇੰਡੀਆ ਨੇ ਅੱਜ, ਹੈ ਨਾ। ਸੋ ਸਾਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਪਹਿਲਾ ਕੰਟਰੀ ਆ ਸਾਡਾ ਜਿਹਨੇ ਜੀ ਕਰੋਨਾ ਖਤਮ ਕਰਤਾ, ਮੋਮਬੱਤੀਆਂ ਬਾਲ ਕੇ ਗੋ ਕਰੋਨਾ ਕਰੋਨਾ ਭਜਾਤਾ ਅਸੀਂ। ਵੈਰੀ ਗੁੱਡ, ਕਲੈਪਿੰਗ ਉਹਨਾਂ ਲੋਕਾਂ ਦੀ, ਸਾਰੇ ਜਣੇ ਕਰਿਓ ਜੀ ਜਿਹੜੇ ਮੇਰੇ ਨਾਲ ਅਗਰੀਡ ਕਰਦੇ ਆ ਨਾ, ਕੱਲ੍ਹ ਨੂੰ ਆਪਾਂ ਵੀ ਛੱਤ 'ਤੇ ਚੜ੍ਹ ਕੇ ਉਹਨਾਂ ਲਈ ਕਲੈਪਿੰਗ ਕਰਨੀ ਬਣਦੀ ਹੈ ਜਿਨ੍ਹਾਂ ਨੇ ਅੱਜ ਆਹ ਪਟਾਕੇ ਪਟੂਕੇ ਕ੍ਰੈਕਰਸ ਚਲਾਏ ਨੇ, ਹੈ ਨਾ। ਸੋ ਮੈਨੂੰ ਲੱਗਦਾ ਕਿ ਹਰ ਬੰਦੇ ਨੂੰ ਇਹ ਗੱਲ ਉਹਨਾਂ ਮੂਰਖਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਕਿ ਭਰਾਵੋ ਇਹ ਟਾਈਮ ਕਿੱਦਾਂ ਦਾ, ਜਿਨ੍ਹਾਂ ਦੇ ਪਰਿਵਾਰ ਦੇ ਜੀ ਵਿਛੜੇ ਨੇ, ਜਿਨ੍ਹਾਂ ਦੇ ਗਏ ਨੇ, ਉਹਨਾਂ ਨਾਲ ਅਫਸੋਸ ਤਾਂ ਕੀ ਕਰਨਾ ਸੀ, ਤੁਸੀਂ ਤਾਂ ਖੁਸ਼ੀ ਮਨਾਈ ਆ ਪਟਾਕੇ ਚਲਾ ਕੇ। ਜਦੋਂ ਕੋਈ ਆਪਣਾ ਜਾਊਗਾ ਨਾ ਜਿਸ ਦਿਨ, ਉਸ ਦਿਨ ਪਟਾਕੇ ਚਲਾਇਓ, ਉਸ ਦਿਨ ਪਤਾ ਲੱਗੂਗਾ। ਸੋ ਜਿੰਨੇ ਕੁ ਮੇਰੇ ਨਾਲ ਤੁਸੀਂ ਇਸ ਗੱਲ ਨਾਲ ਅਗਰੀਡ ਕਰਦੇ ਹੋ, ਸੋ ਪਲੀਜ਼ ਇਹਨੂੰ ਸ਼ੇਅਰ ਕਰਿਓ, ਪਹੁੰਚੇ ਉਹਨਾਂ ਤੱਕ, ਉਹਨਾਂ ਮੂਰਖਾਂ ਤੱਕ ਪਹੁੰਚਾਇਓ ਆਪਣੀ ਗੱਲ। ਤਾਂ ਮੈਨੂੰ ਲੱਗਦਾ ਕਿ ਇਸ ਮੁਲਕ ਦਾ ਕੁਛ ਨਹੀਂ ਬਣਨਾ, ਇਸ ਮੁਲਕ 'ਚ ਨਾ ਜਾਹਲਾਂ ਦੀ ਬਹੁਤ ਜ਼ਿਆਦਾ ਭਰਮਾਰ ਹੈ। ਇੱਕੋ ਚੀਜ਼ ਵਧੀਆ ਹੋ ਰਹੀ ਸੀ ਕਿ ਸਾਡਾ ਇਨਵਾਇਰਮੈਂਟ ਬਹੁਤ ਕਲੀਨ ਹੋ ਰਿਹਾ ਸੀ, ਅਸੀਂ ਵਧੀਆ ਸਾਹ ਲੈ ਰਹੇ ਸੀਗੇ, ਹੈ ਨਾ। ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਇੱਕ, ਜਾਂ ਜਿਹੜੇ ਛੋਟੇ ਬੱਚੇ ਨੇ, ਜਾਂ ਜਿਹੜੇ ਉਹਨਾਂ ਨੂੰ ਇੱਕ ਸਾਫ ਏਅਰ ਦੇ ਵਿੱਚ ਸਾਹ ਲੈਣ ਦਾ ਮੌਕਾ ਮਿਲ ਰਿਹਾ ਸੀ ਹਰ ਇੱਕ ਬੰਦੇ ਨੂੰ, ਉਹ ਵੀ ਅੱਜ ਚੱਕ 'ਤੇ ਫੱਟੇ, ਸਭ ਕਰਤਾ ਬੇੜਾ ਗਰਕ। ਸੋ ਸਲਿਊਟ ਕਰਨਾ ਬਣਦਾ ਜੀ ਤੁਹਾਨੂੰ, ਚਲਾਓ ਪਟਾਕੇ, ਦਿਲ ਖੋਲ੍ਹ ਕੇ ਚਲਾਓ। ਸੋ ਮੈਨੂੰ ਲੱਗਦਾ ਕਿ ਅੱਜ ਪੂਰੇ ਵਰਲਡ ਦੇ ਵਿੱਚ ਜਿੱਥੇ ਸੋਗ ਮਨਾਇਆ ਜਾ ਰਿਹਾ,
ਹਰ ਇੱਕ ਮੁਲਕ ਲੋਕ ਡਰੇ ਹੋਏ ਨੇ, ਹੈ ਨਾ, ਆਪਣੇ ਆਪ ਨੂੰ ਲੋਕਡਾਊਨ ਕੀਤਾ ਹੋਇਆ। ਉੱਥੇ ਇੰਡੀਆ ਪਹਿਲਾ ਇਹੋ ਜਿਹਾ ਕੰਟਰੀ ਹੈ ਜਿਹਨੇ ਇਸ ਬਿਮਾਰੀ 'ਤੇ ਖੁਸ਼ੀ ਮਨਾਈ ਹੈ, ਜਿਹਨੇ ਪਟਾਕੇ ਚਲਾਏ ਨੇ। ਸਹੀ ਗੱਲ ਹੈ ਜੀ ਤੁਹਾਡੀ, ਦੀਪ ਜੀ ਜਿੰਨੇ ਵੀ, ਅਮਰਪ੍ਰੀਤ ਸਿੰਘ ਅਤੇ ਜਿਨ੍ਹਾਂ ਦੇ ਘਰਾਂ ਦੇ ਬਾਈ ਨੇ ਲਿਖਿਆ ਦੀਵੇ ਬੁਝੇ ਨੇ, ਉਹਨਾਂ ਤੋਂ ਪੁੱਛੋ, ਉਹਨਾਂ ਤੋਂ ਪੁੱਛੋ। ਸਾਡੇ ਸਾਡੇ ਹੁੰਦਾ ਆਮ ਤੌਰ 'ਤੇ ਕਿ ਜੇ ਕੋਈ ਨੇੜੇ ਕਿਸੇ ਦੀ, ਕਿਸੇ ਫੈਸਟੀਵਲ ਦੇ ਨੇੜੇ ਜਾਂ ਦੀਵਾਲੀ ਦੇ ਨੇੜੇ ਕਿਸੇ ਦੀ ਡੈਥ ਹੋ ਜਾਂਦੀ ਤਾਂ ਲੋਕ ਨੇੜੇ ਤੇੜੇ ਦੀਵਾਲੀ ਨਹੀਂ ਮਨਾਉਂਦੇ ਹੈਗੇ, ਹੈ ਨਾ। ਅਤੇ ਇੱਥੇ ਤਾਂ ਹੁਣ ਕਿੰਨੀਆਂ ਜਾਨਾਂ ਗਈਆਂ ਨੇ, ਕਿੰਨੇ ਲੋਕ ਮਰੇ ਨੇ, ਕਿੰਨੇ ਮਾਵਾਂ ਦੇ ਪੁੱਤ ਗਏ ਨੇ, ਕਿੰਨੇ ਪਰਿਵਾਰ ਉੱਜੜੇ ਨੇ। ਇਹ ਚੀਜ਼ ਇਹਨਾਂ ਨੂੰ ਸਮਝ ਨਹੀਂ ਆਉਂਦੀ। ਪਤਾ ਨਹੀਂ ਹੁਣ ਸਾਡੀ ਮੈਂਟੈਲਿਟੀ ਨੂੰ ਕੀ ਹੋ ਗਿਆ, ਸਾਡੇ ਲੋਕਾਂ ਨੂੰ ਕੀ ਹੋ ਗਿਆ। ਸਾਨੂੰ ਤਾਂ ਮੌਕਾ ਚਾਹੀਦਾ ਹੁੱਲੜਬਾਜ਼ੀ ਕਰਨ ਦਾ, ਅਸੀਂ ਇਹ ਗੱਲ ਨੂੰ ਸੀਰੀਅਸਲੀ ਨਹੀਂ ਲੈ ਰਹੇ। ਇਹ ਤਾਂ ਉਦੋਂ ਪਤਾ ਲੱਗਣਾ ਕਿ ਤੁਹਾਡੇ ਤੋਂ ਸਾਂਭਿਆ ਨਹੀਂ ਜਾਣਾ ਕੰਮ, ਇਹ ਜਿਹਨੂੰ ਅੱਜ ਮਜ਼ਾਕ ਦੇ ਤੌਰ 'ਤੇ ਲੈ ਰਹੇ ਹੋ ਨਾ, ਇਹ ਸਾਂਭ ਨਹੀਂ ਹੋਣਾ ਇਹ ਕੰਮ। ਸੋ ਥੋੜ੍ਹਾ ਅਕਲ ਨੂੰ ਹੱਥ ਮਾਰਿਆ ਕਰੋ, ਸਿਆਣੇ ਬਣਿਆ ਕਰੋ। ਸੋ ਮੈਂ ਇੰਨਾ ਕੁ, ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੀ ਹੋਵੇ ਜਾਂ ਉਹ ਕਿਤੇ, ਮੈਂ ਮਾਫ਼ੀ ਵੀ ਨਹੀਂ ਮੰਗਦਾ, ਮੈਂ ਦਿਲੋਂ ਬੋਲਿਆ, ਜਮਾਂ ਸਹੀ ਬੋਲਿਆ। ਔਰ ਜੋ ਗੱਲ ਲੱਗੀ ਆ ਉਹ ਸਾਡਾ, ਜੋ ਗਲਤ ਲੱਗਿਆ ਉਹਨੂੰ ਬੋਲਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਮੈਂ ਤਾਂ ਮੋਮਬੱਤੀ ਵੀ ਨਹੀਂ ਬਾਲੀ, ਕਿਉਂ ਬਾਲਣੀ ਮੋਮਬੱਤੀ, ਕਾਹਦੇ ਲਈ ਬਾਲਣੀਆਂ ਮੋਮਬੱਤੀਆਂ, ਕਿਸ ਚੀਜ਼ ਲਈ? ਮੋਮਬੱਤੀਆਂ ਨਾਲ ਕਰੋਨਾ ਚੱਲ ਜੂ? ਇਹ ਕਹਿੰਦੇ ਕਿ ਤੁਸੀਂ, ਉਸ ਗੱਲ ਨੂੰ ਮੈਂ ਸਹੀ ਮੰਨਦਾ ਕਿ ਉਹਨਾਂ ਲਈ ਮੌਨ ਰੱਖੋ, ਉਹਨਾਂ ਲਈ ਅਰਦਾਸ ਕਰੋ ਜਿਹੜੇ ਚਲੇ ਗਏ, ਇਸ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਬਿਮਾਰੀ ਤੋਂ ਸਾਨੂੰ ਛੇਤੀ ਤੋਂ ਛੇਤੀ ਛੁਟਕਾਰਾ ਮਿਲੇ, ਇਹ ਬਿਮਾਰੀ ਛੇਤੀ ਤੋਂ ਛੇਤੀ ਪੂਰੀ ਦੁਨੀਆ 'ਚੋਂ ਜਾਵੇ ਇਹ ਬਿਮਾਰੀ। ਇਹ ਨਹੀਂ ਕਿ ਮੋਮਬੱਤੀਆਂ ਬਾਲ ਕੇ ਤੁਸੀਂ, ਕਰੋਨਾ ਨਹੀਂ ਜਾਂਦਾ ਕਦੇ, ਪਟਾਕੇ ਤੁਸੀਂ ਪਟਾਕੇ ਚਲਾਏ, ਇਹ ਤਾਂ ਕਮਾਲ ਹੀ ਕਰਤੀ ਪਟਾਕੇ ਵਾਲੀ। ਸੋ ਕਰਿਓ ਸਾਰੇ ਜਣੇ ਸ਼ੇਅਰ ਜੇ ਤੁਹਾਨੂੰ ਚੰਗਾ ਲੱਗਿਆ ਹੋਵੇ, ਕਿਉਂਕਿ ਉਹ ਇਹ ਗੱਲ ਇਸ ਲਈ ਕਹਿ ਰਹੇ ਕਿਉਂਕਿ ਉਹਨਾਂ ਮੂਰਖਾਂ ਤੱਕ ਇਹ ਗੱਲ ਪਹੁੰਚਾਉਣੀ ਬਹੁਤ ਲਾਜ਼ਮੀ ਹੈ, ਬਹੁਤ ਜ਼ਰੂਰੀ ਹੈ ਉਹਨਾਂ ਮੂਰਖਾਂ ਤੱਕ। ਸੋ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ।